इस होम दे विच बेबी क्रेड लगाया तो उहदे विच लोक बच्चियां नूं सिट जांदे आ कोई नियर अबाउट राती अद्धी रात नूं सुटदे आ कोई पता नहीं बच्चा किहदा है बच्चा कित्थों आया ये बच्चे गुरु साहब जी दे ने परमात्मा दा परिवार है जदों बच्चियां सुट के जांदियां ने जस्ट ओह अद्धियां डेड हुंदियां ने ਸਸਕਲ ਦੋਸਤੋ ਮੈਂ ਗੁਰਪ੍ਰੀਤ ਸਿੰਘ ਚਾਹਲ ਤੇ ਤੁਸੀਂ ਜੁੜੇ ਹੋਏ ਹੋ ਮੀਡੀਆ ਆਪਣਾ ਪੰਜਾਬ ਦੇ ਨਾਲ ਤੇ ਅੱਜ ਅਸੀਂ ਪਹੁੰਚੇ ਹਾਂ ਯੂਨੀਕ ਹੋਮ ਜਲੰਧਰ ਸਵੇ ਸੰਸਥਾ ਜਿਹੜੀ ਹੈ ਇਹ ਕੀ ਕੁਝ ਕਰਦੀ ਹੈ ਕਿਸ ਤਰ੍ਹਾਂ ਸਮਾਜ ਦੇ ਵਿੱਚ ਫੈਲੀ ਇੱਕ ਬੁਰਾਈ ਨੂੰ ਜਿਹੜਾ ਦੂਰ ਕਰਨ ਦੀ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹੈ ਭਾਈ ਘਨਈਆ ਜੀ ਚੈਰੀਟੇਬਲ ਟਰੱਸਟ ਦੇ ਨਾਮ ਦੇ ਬੈਨਰ ਥੱਲੇ ਸੰਸਥਾ ਚੱਲਦੀ ਹੈ ਇਸ ਸੰਸਥਾ ਦੇ ਮੁੱਖ ਪ੍ਰਬੰਧਕ ਬੀਬੀ ਪ੍ਰਕਾਸ਼ ਕੌਰ ਜੀ ਜਿਹੜੀ ਕਿ ਕਿਸੇ ਵੀ ਜਾਣ ਪਹਿਚਾਣ ਦੇ ਮੁਤਾਬਕ ਨਹੀਂ ਗੇ ਉਹ ਸਾਡੇ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਹਾਂ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਭੈਣ ਜੀ ਥੋੜਾ ਜਿਹਾ ਆਪਣੇ ਬਾਰੇ ਵੀ ਦੱਸ ਦਿਓ ਵੈਸੇ ਤਾਂ ਤੁਹਾਨੂੰ ਪੂਰੀ ਦੁਨੀਆ ਜਾਣਦੀ ਹੈ ਕਿ ਜਿਹੜੀ ਮਾਨਵਤਾ ਦੀ ਸੇਵਾ ਤੁਸੀਂ ਕਰ ਰਹੇ ਹੋ ਤੁਹਾਨੂੰ ਪੂਰੀ ਦੁਨੀਆ ਜਾਣਦੀ ਹੈ ਪਰ ਫਿਰ ਵੀ ਜਿਹੜੇ ਸਰੋਤੇ ਬੱਚੇ ਨਵੇਂ ਜੁੜਦੇ ਆ ਦਰਸ਼ਕ ਨਵੇਂ ਜੁੜਦੇ ਨੇ ਥੋੜਾ ਜਿਹਾ ਆਪਣੇ ਬਾਰੇ ਵੀ ਜ਼ਰੂਰ ਦੱਸ ਦਿਓ ਤੇ ਫਿਰ ਉਸ ਤੋਂ ਬਾਅਦ ਆਪਾਂ ਸੰਸਥਾ ਵਾਲੇ ਪਾਸੇ ਆਉਂਦੇ ਆ ਵੀ ਇਹ ਸੰਸਥਾ ਕਦੋਂ ਹੋਣ ਦੇ ਵਿੱਚ ਆਈ ਹੈ ਤੇ ਕਿਸ ਤਰ੍ਹਾਂ ਇਹ ਸੰਸਥਾ ਅੱਜ ਕੰਮ ਕਰ ਰਹੀ ਹੈ ਸੋ ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ ਤੁਸੀਂ ਇਸ ਸੰਸਥਾ ਨਾਲ ਕਿਵੇਂ ਜੁੜੇ ਹੋ ਪਹਿਲਾਂ ਤਾਂ ਕਦੋਂ ਮਨ ਦੇ ਵਿੱਚ ਇਹ ਤੁਹਾਡੇ ਖਿਆਲ ਆਇਆ ਵੀ ਇਸ ਤਰ੍ਹਾਂ ਦੀ ਸੰਸਥਾ ਵੀ ਹੋਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਭਾਈ ਘਨਈਆ ਜੀ ਚੈਰੀਟੇਬਲ ਟਰੱਸਟ ਯੂਨੀਕ ਹੋਮ ਜਲੰਧਰ ਤੋਂ ਬੋਲ ਰਹੀ ਹਾਂ ਪ੍ਰਕਾਸ਼ ਕੌਰ ਇਹ ਸਾਰੇ ਗੁਰੂ ਸਾਹਿਬ ਜੀ ਦਾ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਜੀ ਕਿਰਪਾ ਹੈ ਗੁਰੂ ਸਾਹਿਬ ਜੀ ਅਤੇ ਗੁਰੂ ਸਾਹਿਬ ਜੀ ਆਪ ਹੀ ਸੇਵਾ ਲੈ ਰਹੇ ਆ ਜੀ ਬੰਦਾ ਕਹਿੰਦਾ ਹੀ ਹੈ ਮੈਂ ਇੰਝ ਕਰਦਾ ਨਹੀਂ ਇਹ ਤਾਂ ਗੁਰੂ ਸਾਹਿਬ ਜੀ ਦੀ ਖੇਡ ਹੈ ਉਹਦਾ ਹੁਕਮ ਹੈ ਅਤੇ ਗੁਰੂ ਸਾਹਿਬ ਇਹਨਾਂ ਬਾਲੜੀਆਂ ਦੀ ਸੇਵਾ ਲੈ ਰਹੇ ਆ ਜੀ ਸੋ ਇਸ ਟਾਈਮ ਅਗਰ ਅਸੀਂ ਗੱਲ ਕਰੀਏ ਕਿ ਇਹ ਜਿਹੜੇ ਇੱਥੇ ਬੱਚੀਆਂ ਜਿੱਦਾਂ ਆਉਂਦੀਆਂ ਨੇ ਅਤੇ ਕਿਹਨਾਂ ਕਿਹਨਾਂ ਹਾਲਾਤਾਂ ਦੇ ਵਿੱਚ ਆਉਂਦੀਆਂ ਨੇ ਕਿਉਂਕਿ ਦੱਸਣੀਆਂ ਬਹੁਤ ਜ਼ਰੂਰੀ ਨੇ ਤਾਂ ਕਿ ਸਾਡੇ ਜਿਹੜੇ ਸਮਾਜ ਦੇ ਵਿੱਚ ਅੱਜ ਅਸੀਂ ਸੱਭਿਅਕ ਸਮਾਜ ਦੇ ਵਿੱਚ ਤੁਰੇ ਫਿਰਦੇ ਹਾਂ ਅਸੀਂ ਨਵੀਂ ਜਨਰੇਸ਼ਨ ਜਿਹੜੀ ਪਤਾ ਨਹੀਂ ਕਿੱਥੇ ਕਿੱਥੇ ਦੁਨੀਆ ਦੇ ਵਿੱਚ ਅਸੀਂ ਪਹੁੰਚਣ ਦਾ ਦਾਅਵਾ ਕਰਦੇ ਹਾਂ ਪਰ ਜਿਹੜੀ ਸਾਡੀ ਸੋਚ ਕਿਤੇ ਬਹੁਤ ਪਿੱਛੇ ਰਹਿ ਗਈ ਹੈ ਖਾਸ ਤੌਰ ਦੇ ਉੱਤੇ ਧੀਆਂ ਦੇ ਬੱਚੀਆਂ ਦੇ ਮਾਮਲੇ ਦੇ ਵਿੱਚ ਉਹ ਵੀ ਸਮਾਜ ਨੂੰ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਸੱਭਿਅਕ ਸਮਾਜ ਦਾ ਮਤਲਬ ਵਿਕਸਿਤ ਸਮਾਜ ਦਾ ਮਤਲਬ ਇਹ ਨਹੀਂ ਕਿ ਇੱਥੇ ਸਭ ਕੁਝ ਠੀਕ ਹੋ ਰਿਹਾ ਇਹਦਾ ਮਤਲਬ ਇਹ ਵੀ ਹੈ ਵੀ ਇਸ ਪਰਦੇ ਦੇ ਪਿੱਛੇ ਬਹੁਤ ਕੁਝ ਐਸਾ ਵੀ ਹੋ ਰਿਹਾ ਜਿਹੜਾ ਕਿ ਗੈਰ ਸੱਭਿਅਕ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਪਰ ਉਹ ਹੋ ਰਿਹਾ ਉਹ ਕੀ ਹੋ ਰਿਹਾ ਹੈ ਉਹ ਸਾਰਾ ਕੁਝ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਯੂਨੀਕ ਹੋਮ ਕਿਉਂ ਬਣਿਆ ਕਿਉਂ ਇਹਨਾਂ ਦੇ ਦਿਮਾਗ ਦੇ ਵਿੱਚ ਕਨਸੈਪਟ ਆਇਆ ਅਤੇ ਅੱਜ ਇੱਥੇ ਬੱਚੀਆਂ ਜਿਹੜੀਆਂ ਰਹਿ ਰਹੀਆਂ ਨੇ ਉਹ ਕਿਹਨਾਂ ਹਾਲਾਤਾਂ ਦੇ ਵਿੱਚ ਇੱਥੇ ਪਹੁੰਚਦੀਆਂ ਨੇ ਭੈਣ ਜੀ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸ ਦਿਓ ਕਿ ਉਹ ਬੱਚੀਆਂ ਜਦੋਂ ਤੁਹਾਡੇ ਤੱਕ ਪਹੁੰਚਦੀਆਂ ਜਿੱਦਾਂ ਅਸੀਂ ਇੱਕ ਬੱਚੀ ਦੀ ਗੱਲ ਕੀਤੀ ਸੀ ਪਹਿਲਾਂ ਕੁਛ ਹੋਰ ਜਿੱਦਾਂ ਕਿਉਂਕਿ 1990 ਦੇ ਦਹਾਕੇ ਤੋਂ ਇਹ ਸੰਸਥਾ ਕੰਮ ਕਰ ਰਹੀ ਹੈ ਕਿਹਨਾਂ ਕਿਹਨਾਂ ਹਾਲਾਤਾਂ ਦੇ ਵਿੱਚ ਇੱਥੇ ਬੱਚੀਆਂ ਆਉਂਦੀਆਂ ਨੇ ਇਸ ਹੋਮ ਦੇ ਵਿੱਚ ਬੇਬੀ ਕ੍ਰੈਡ ਲਗਾਇਆ ਤੇ ਉਹਦੇ ਵਿੱਚ ਲੋਕ ਬੱਚੀਆਂ ਨੂੰ ਸਿੱਟ ਜਾਂਦੇ ਆ ਕੋਈ ਨੀਅਰ ਅਬਾਊਟ ਰਾਤੀ ਅੱਧੀ ਕੁ ਰਾਤ ਨੂੰ ਸੁੱਟਦੇ ਆ ਕੋਈ ਪਤਾ ਨਹੀਂ ਬੱਚਾ ਕਿਹਦਾ ਹੈ ਬੱਚਾ ਕਿੱਥੋਂ ਆਇਆ ਇਹ ਬੱਚੇ ਗੁਰੂ ਸਾਹਿਬ ਜੀ ਦੇ ਨੇ ਪਰਮਾਤਮਾ ਦਾ ਪਰਿਵਾਰ ਹੈ ਅਤੇ ਇਸ ਤਰ੍ਹਾਂ ਲੋਕ ਬੱਚੀਆਂ ਸਿੱਟ ਕੇ ਜਾਂਦੇ ਆ ਜੀ ਜਦੋਂ ਬੱਚੀਆਂ ਸੁੱਟ ਕੇ ਜਾਂਦੀਆਂ ਨੇ ਜਸਟ ਉਹ ਅੱਧੀਆਂ ਡੈੱਡ ਹੁੰਦੀਆਂ ਨੇ ਕਿ ਮਾਵਾਂ ਨੇ ਪੂਰੀ ਕੋਸ਼ਿਸ਼ ਕੀਤੀ ਹੁੰਦੀ ਹੈ ਉਹਨਾਂ ਦੀ ਕਿਲਿੰਗ ਲਈ 8-8 ਮਹੀਨੇ ਤੱਕ ਵੀ ਬੱਚੀਆਂ ਹਸਪੀਟਲ ਦਾਖਲ ਰਹਿੰਦੀਆਂ ਨੇ ਜੀ ਔਰ ਬੜੀਆਂ ਬੜੀਆਂ ਤੁਹਾਡਾ ਕਹਿਣਾ ਵੀ ਉਹਨਾਂ ਨੂੰ ਪਹਿਲਾਂ ਮਾਰਨ ਤੱਕ ਦੀ ਪੂਰੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮਾਂ ਦੀ ਮਮਤਾ ਜਿੱਥੇ ਮਰ ਜਾਂਦੀ ਹੈ ਨਾ ਦੋਸਤੋ ਮੈਂ ਇਹ ਸ਼ਬਦ ਵਰਤ ਰਿਹਾ ਮਾਂ ਦੀ ਮਮਤਾ ਜਿੱਥੇ ਦਮ ਤੋੜਦੀ ਹੈ
ਉੱਥੇ ਫਿਰ ਉਹ ਬੱਚੀਆਂ ਫਿਰ ਉਹ ਦਮ ਲੈਂਦੀਆਂ ਨੇ ਸਾਹ ਲੈਂਦੀਆਂ ਨੇ ਤਾਂ ਉਹ ਇਹਨਾਂ ਤੱਕ ਪਹੁੰਚਦੀਆਂ ਨੇ ਜੀ ਭੈਣ ਜੀ। ਸੋ ਇਸ ਤਰ੍ਹਾਂ ਤੇ ਕੁਝ ਬੱਚੀਆਂ ਜਿਵੇਂ ਪੁਲਿਸ ਨੂੰ ਕੋਈ ਬੱਚੀ ਮਿਲਦੀ ਹੈ ਗਾਰ ਵਿੱਚ, ਕੋਈ ਮੱਡੀ ਵਾਟਰ 'ਚ, ਕੋਈ ਬੁਸ਼ੀ 'ਚੋਂ, ਕੋਈ ਕਿਤੋਂ ਕੋਈ ਕਿਤੋਂ ਬਾਹਰੋਂ ਜਦੋਂ ਨਿਊਲੀ ਬੋਰਨ ਬੱਚੀਆਂ ਮਿਲਦੀਆਂ ਨੇ ਤੇ ਉਹ ਵੀ ਬੱਚੀਆਂ ਇੱਥੇ ਗਵਰਨਮੈਂਟ ਦੇ ਰਾਹੀਂ ਆਉਂਦੀਆਂ ਨੇ ਨਵ ਜੰਮੀਆਂ ਬੱਚੀਆਂ। ਸੋ ਕੁਛ ਬੱਚੀਆਂ ਇਹ ਵੀ ਨੇ ਕਿ ਜਿਨ੍ਹਾਂ ਦੇ ਮਦਰ ਫਾਦਰ ਦੀ ਡੈਥ ਹੋ ਗਈ ਹੈ, ਕੋਈ ਕਿਸੇ ਦਾ ਦਾਦਾ ਵਾ ਦਾਦੀ ਹੈ, ਬੜੇ ਗਰੀਬ ਨੇ, ਕੋਈ ਬਲਾਈਂਡ ਹੈ, ਕੋਈ ਹੈਂਡੀਕੈਪਡ ਹੈ, ਪਰ ਉਹ ਬੱਚੇ ਨੂੰ ਛੱਡਣਾ ਨਹੀਂ ਚਾਹੁੰਦੇ ਅਤੇ ਆਪਣਾ ਬੱਚਾ ਉਹ ਸ਼ੈਲਟਰ ਮੰਗਦੇ ਆ। ਸੋ ਇਸ ਤਰ੍ਹਾਂ ਵੀ ਬੱਚੀਆਂ ਆਉਂਦੀਆਂ ਨੇ। ਸੋ ਇੱਥੇ ਬੱਚੀਆਂ ਪੂਰੀਆਂ ਜੋ ਸਾਡਾ ਇੰਡੀਆ ਗਵਰਨਮੈਂਟ ਦਾ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਪੂਰਾ ਫੋਲੋ ਕਰਕੇ ਤੇ ਉਹਦੇ ਅਕੋਰਡਿੰਗ ਬੱਚੀਆਂ ਰੱਖੀਆਂ ਜਾਂਦੀਆਂ ਨੇ ਜੀ। ਸੋ ਇਸ ਤਰ੍ਹਾਂ ਬੱਚੀਆਂ ਹੁੰਦੀਆਂ ਨੇ ਜੀ, ਤੁਹਾਡੇ ਕੋਲ ਪਹੁੰਚਦੀਆਂ ਨੇ। ਸੋ ਇਹ ਦਰਸ਼ਕੋ ਜਿਹੜੀਆਂ ਚੀਜ਼ਾਂ ਸਮਝਣ ਵਾਲੀਆਂ ਨੇ ਕਿ ਅੱਜ ਸਾਨੂੰ ਇਹ ਅੱਛੀ ਗੱਲ ਹੈ ਕਿ ਤੁਸੀਂ ਇੱਥੇ ਤੱਕ ਪਹੁੰਚਾਉਂਦੇ ਹੋ। ਜੇਕਰ ਤੁਸੀਂ ਨਹੀਂ ਸਮਝ ਸਕਦੇ, ਮੈਂ ਭੈਣ ਜੀ ਉਹਨਾਂ ਨਾਲ ਗੱਲ ਵੀ ਕਰਦਾ ਸੀ ਜਦੋਂ ਆਪਾਂ ਅਕਸਰ ਵੀ ਕਹਿੰਦੇ ਹਾਂ ਵੀ ਜੇ ਭਾਈ ਨਹੀਂ ਪਾਲ ਸਕਦੇ ਇਹਨਾਂ ਧੀਆਂ ਨੂੰ ਬੱਚੀਆਂ ਨੂੰ ਨਹੀਂ ਸਮਝ ਸਕਦੇ ਕਿਸੇ ਹੋਮ ਦੇ ਵਿੱਚ ਛੱਡ ਦਿਓ, ਅਤੇ ਇਹਨਾਂ ਦੇ ਹੋਮ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ 24 ਘੰਟੇ। ਜਿਹੜਾ ਇਹ ਹੋਮ ਇਹਨਾਂ ਦਾ ਜਿੱਦਾਂ ਇਹਨਾਂ ਨੇ ਦੱਸਿਆ ਬਾਹਰ ਪੰਘੂੜਾ ਲੱਗਿਆ ਹੋਇਆ ਉਹਦੇ ਵਿੱਚ ਲਿਆ ਕੇ ਤੁਸੀਂ ਬੱਚੀ ਨੂੰ ਰੱਖ ਸਕਦੇ ਹੋ। ਤੁਹਾਨੂੰ ਕੋਈ ਬੰਦਾ ਆਵਾਜ਼ ਮਾਰ ਕੇ ਨਹੀਂ ਪੁੱਛੇਗਾ ਤੁਸੀਂ ਕੌਣ ਆ, ਕਿੱਥੋਂ ਆਏ ਹੋ। ਸਮਝ ਲਓ ਤੁਸੀਂ ਅਗਰ ਰਾਹ ਜਾਂਦੇ ਵੀ ਕਿਤੇ ਕੋਈ ਬੱਚਾ ਬੱਚੀ ਇਸ ਤਰ੍ਹਾਂ ਦਾ ਦੇਖ ਲਿਆ, ਤੁਸੀਂ ਚਾਹੁੰਦੇ ਹੋ ਵੀ ਅਸੀਂ ਕਿਸੇ ਝਮੇਲੇ 'ਚ ਨਾ ਆਈਏ, ਕਿਸੇ ਪੁਲਿਸ ਕੇਸ 'ਚ ਨਾ ਆਈਏ, ਤੁਹਾਨੂੰ ਨਾ ਤਾਂ ਪੁਲਿਸ ਕੁਛ ਕਹੇਗੀ ਨਾ ਤੁਹਾਨੂੰ ਇਹ ਆਵਾਜ਼ ਮਾਰ ਕੇ ਪੁੱਛਣਗੇ ਵੀ ਤੁਸੀਂ ਕੌਣ ਹੋ। ਤੁਸੀਂ ਘੱਟੋ ਘੱਟ ਆਪਣਾ ਇਨਸਾਨੀਅਤ ਫਰਜ਼ ਆਪਾਂ ਆਪਣਾ ਸਮਝੀਏ, ਉਸ ਪੰਘੂੜੇ ਤੱਕ ਅਗਰ ਉਸ ਬੱਚੀ ਨੂੰ ਵੀ ਅਸੀਂ ਪਹੁੰਚਾ ਦਈਏ, ਸਮਝ ਲਓ ਅਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਪੁੰਨ ਜਿਹੜਾ ਉਹ ਕਰ ਲਿਆ। ਸੋ ਭੈਣ ਜੀ, ਐਡਾ ਵੱਡਾ ਇਹ ਹੋਮ ਚਲਾਉਣਾ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਬਹੁਤ ਸਾਰੀਆਂ ਸਰਕਾਰੀ ਹਦਾਇਤਾਂ ਦੇ ਨਾਲ ਚੱਲਣਾ ਪੈਂਦਾ, ਉਹ ਫੋਲੋ ਕਰਨੀਆਂ ਪੈਂਦੀਆਂ, ਪੂਰੀਆਂ ਕਰਨੀਆਂ ਪੈਂਦੀਆਂ ਨੇ। ਇੱਕ ਤਾਂ ਹੁੰਦਾ ਨਾ ਆਮ ਘਰ ਹੁੰਦਾ ਵੀ ਚਲੋ ਜੇ ਅੱਜ ਨਹੀਂ ਹੈਗਾ ਅਚਾਰ ਨਾ ਖਾ ਲਈ ਜਾਂ ਚਟਣੀ ਨਾ ਖਾ ਲਈ, ਪਰ ਬਹੁਤ ਸਾਰੀਆਂ ਐਸੀਆਂ ਗਾਈਡਲਾਈਨ ਨੇ, ਕਿਉਂਕਿ ਜੇ ਐਕਟ ਦੇ ਵਿੱਚ ਜਿਹੜੇ ਪ੍ਰਬੰਧਕ ਨੇ ਉਹ ਬਹੁਤ ਜ਼ਿਆਦਾ ਬੌਂਡ ਹੁੰਦੇ ਨੇ। ਬੇਸ਼ੱਕ ਕੋਈ ਤੁਹਾਡੇ ਕੋਲ ਬਜਟ ਹੈ ਜਾਂ ਨਹੀਂ ਆ ਉਹਦਾ ਤੁਹਾਨੂੰ ਅਰੇਂਜ ਕਰਨਾ ਪੈਂਦਾ, ਬਹੁਤ ਕੁਛ ਕਰਨਾ ਪੈਂਦਾ। ਇਹ ਜਿਹੜਾ ਸਾਰਾ ਕੁਛ ਪ੍ਰਬੰਧ ਹੈ ਇਹ ਕਿਸ ਤਰ੍ਹਾਂ ਸਾਰਾ ਚਲਾਉਂਦੇ ਹੋ ਏਡਾ ਵੱਡਾ? ਇਹ ਸਾਰਾ ਜੀ ਸੰਗਤ ਦੀ ਸੇਵਾ ਨਾਲ ਚੱਲਦਾ ਹੈ ਜੀ। ਅਤੇ ਜਦੋਂ ਵੀ ਕੋਈ ਇਨਸਾਨ ਬੜੇ ਆਪਣੇ ਮਾਇੰਡ ਦੀ ਪਵਿੱਤਰਤਾ ਤੋਂ ਕੰਮ ਕਰਦਾ, ਸੱਚੇ ਦਿਲੋਂ ਕਰਦਾ ਅਤੇ ਪਰਮਾਤਮਾ ਤੁਹਾਡੀ ਬਾਂਹ ਫੜਦਾ, ਤੁਹਾਡੇ ਸਿਰ 'ਤੇ ਰੱਬ ਦਾ ਹੱਥ ਹੁੰਦਾ। ਸੋ ਸਾਰੀ ਇਹ ਦੂਰੋਂ ਨੇੜਿਓਂ ਸਾਰੀ ਸੰਗਤ ਦੀ ਸੇਵਾ ਨਾਲ ਚੱਲਦਾ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ। ਉਤਰਾਅ ਚੜ੍ਹਾਅ ਵੀ ਆਉਂਦੇ ਆ ਅਤੇ ਉਹ ਉਤਰਾਅ ਚੜ੍ਹਾਅ ਨੂੰ ਜ਼ਿੰਦਗੀ 'ਚ ਟੋਲਰੇਟ ਕਰਨਾ, ਉਹਨੂੰ ਬੜੇ ਸੁਚੱਜੇ ਢੰਗ ਨਾਲ ਨਜਿੱਠਣਾ, ਇਹੀ ਤਾਂ ਜ਼ਿੰਦਗੀ ਹੈ। ਪਰਿਵਾਰ ਚਲਾਉਣੇ ਬੜੇ ਮੁਸ਼ਕਲ ਨੇ ਅੱਜ ਦੇ ਸਮੇਂ, ਇਹੀ ਤਾਂ ਜ਼ਿੰਦਗੀ ਹੈ, ਇਹੀ ਤਾਂ ਜੀਵਨ ਹੈ ਜੀ। ਸੰਸਥਾ ਚਲਾਉਣੀਆਂ ਬਹੁਤ ਮੁਸ਼ਕਲ ਹੈ ਜੀ, ਬਟ ਇਹਨਾਂ ਬੱਚੀਆਂ ਦੀਆਂ ਫਿਰ ਇਹਨਾਂ ਬੱਚੀਆਂ ਬੜੇ ਬੜੇ ਵਧੀਆ ਸਕੂਲਾਂ 'ਚ, ਕਾਲਜ, ਯੂਨੀਵਰਸਿਟੀਆਂ 'ਚ। ਜਿਹੜੀ ਬੱਚੀ ਨੇ ਹੁਣੇ ਤੁਹਾਨੂੰ ਇੰਟਰਵਿਊ ਦਿੱਤੀ ਹੈ ਸ਼ੀਬਾ ਸਿੰਘ ਨੇ, ਜਿਵੇਂ ਉਹ ਬੱਚੀ ਰਾਤ ਨੂੰ ਜਿਹੜੇ ਆ ਮਿਲਕ ਪ੍ਰੋਵਾਈਡ ਕਰਦੇ ਆ, ਉਹ ਡਰਾਈਵਰ ਮੇਰੇ ਕੋਲ ਦੌੜਾ ਆਇਆ ਅਤੇ ਬੀਬੀ ਜੀ ਇੱਕ ਕੁੱਤਾ ਬੱਚਾ ਬੱਚੇ ਨੂੰ ਖਾ ਰਿਹਾ, ਅਤੇ ਉਹ ਜਦੋਂ ਮੈਂ ਜਾ ਕੇ ਵੇਖਿਆ ਤਾਂ ਇਹ ਹਾਲਤ ਸੀ ਬੱਚੀ ਦੀ, ਨਿਊਲੀ ਬੋਰਨ ਬੱਚੀ, ਅਤੇ ਪਿੱਛੋਂ ਤਕਰੀਬਨ ਖਾ ਚੁੱਕੇ ਸੀ। ਜੇ ਪਰਮਾਤਮਾ ਨੇ ਇਹਨੂੰ ਹੱਥ ਦੇ ਕੇ ਰੱਖਣਾ ਸੀ ਤੇ ਰੱਖ ਲਿਆ। ਅੱਛਾ, ਜਿਸ ਤਰ੍ਹਾਂ ਮੈਂ ਸੀ ਉਹ ਤਸਵੀਰ ਵੀ ਜਿਹੜੀ ਦੇਖੀ ਆ ਉਹ ਅਸੀਂ ਸ਼ੇਅਰ ਵੀ ਕਰਾਂਗੇ ਸਾਡੇ ਦਰਸ਼ਕਾਂ ਨੂੰ ਵੀ। ਹੁਣ ਰੀਸੈਂਟਲੀ ਇੱਕ ਬੱਚੀ ਕੋਈ ਮਾਰ ਕੇ ਸੁੱਟ ਗਿਆ। ਹਾਂ, ਉਹ ਤੁਸੀਂ ਜ਼ਿਕਰ ਕਰਦੇ ਸੀ, ਇਹ ਜਿਹੜੀ ਬੱਚੀ ਦਾ ਤੁਸੀਂ ਜ਼ਿਕਰ ਕਰਦੇ ਹੋ ਜਿਹੜੀ ਕੈਨੇਡਾ ਦੇ ਵਿੱਚ ਸਟੱਡੀ ਪੂਰੀ ਕਰਕੇ ਹੁਣ ਆਪਣਾ ਜੋਬ ਕਰਨ ਲੱਗੀ ਹੈ, ਤੇ ਇਹ ਬੱਚੀ ਜਦੋਂ ਜਿਹਦਾ ਹਾਲਾਤ ਹੈ ਜਿੱਦਾਂ ਕੁੱਤੇ ਚੁੱਕੀ ਫਿਰਦੇ ਸੀ ਇਸ ਤਰ੍ਹਾਂ ਉਹ ਬੱਚੀ ਨੂੰ, ਤੇ ਇਹਨੂੰ ਫਿਰ ਜਿਸ ਤਰ੍ਹਾਂ ਆ ਕੇ ਇਹਦਾ ਇਲਾਜ ਵਗੈਰਾ ਵੀ ਕਾਫੀ, ਇਹਦਾ ਬਹੁਤ ਜ਼ਿਆਦਾ ਟ੍ਰੀਟਮੈਂਟ ਹੋਇਆ, ਇਹ ਬਹੁਤ ਮਹੀਨੇ ਹੋਸਪਿਟਲ ਐਡਮਿਟ ਰਹੀ ਜੀ। ਸੋ ਬਹੁਤ ਕਾਫੀ ਮਹੀਨੇ ਐਡਮਿਟ ਰਹੀ ਇਹ ਬੱਚੀ, ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਫਿਰ ਇਹ ਬੱਚੀ ਠੀਕ ਹੋਈ ਜੀ। ਤਕਰੀਬਨ ਜਦੋਂ ਬੱਚੀਆਂ ਮੇਰੇ ਕੋਲ ਆਉਂਦੀਆਂ ਨੇ ਜੀ, 4-4 ਮਹੀਨੇ, 5-5 ਮਹੀਨੇ, 6-6 ਮਹੀਨੇ ਹੋਸਪਿਟਲਾਂ 'ਚ ਵੀ ਰਹਿੰਦੀਆਂ ਨੇ, ਕਿਉਂਕਿ ਪਹਿਲਾਂ ਹੀ ਉਹਨਾਂ ਦੀਆਂ ਮਦਰਸ ਨੇ ਉਹਨਾਂ ਨੂੰ ਪੂਰਾ ਕਿਲਿੰਗ ਦਾ ਜ਼ੋਰ ਲਾਇਆ ਹੁੰਦਾ। ਅਸੀਂ ਗੱਲ ਕੀਤੀ ਹੈ ਵੀ ਐਂਡ ਜਦੋਂ ਹੋ ਜਾਂਦਾ, ਜਦੋਂ ਹੱਥ ਇਜਾਜ਼ਤ ਨਹੀਂ ਦਿੰਦੇ ਬਿਲਕੁਲ, ਤੇ ਉਸ ਟਾਈਮ ਤੇ ਫਿਰ ਛੱਡਦੇ ਨੇ, ਫਿਰ ਉਹ ਜਿਹੜੇ ਪਰਮਾਤਮਾ ਵੱਲੋਂ ਬਖਸ਼ੇ ਹੁੰਦੇ ਨੇ ਨਾ। ਸੋ ਇਹ ਅਕਸਰ ਕਿਹਾ ਜਾਂਦਾ, ਕਿਉਂਕਿ ਭੈਣ ਜੀ ਹੋਣੀ ਉਮਰਦਾਰ ਨੇ ਸਾਰੇ, ਅਸੀਂ ਸਾਨੂੰ ਪਤਾ ਆ ਕਿ ਜਦੋਂ ਕਹਿੰਦੇ ਨੇ ਵੀ ਜੇ ਬੰਦੇ ਦੇ ਹੱਥ ਦੇ ਵਿੱਚ ਹੋਵੇ ਤਾਂ ਬੰਦਾ 1 ਮਿੰਟ ਤੋਂ ਪਹਿਲਾਂ ਲਕੀਰ ਖਤਮ ਕਰ ਦੇਵੇ ਭੈਣ ਜੀ। ਪਰ ਇਹ ਚੀਜ਼ਾਂ ਕੁਛ ਕੁਦਰਤ ਨੇ ਆਪਣੇ ਹੱਥ ਵਿੱਚ ਰੱਖੀਆਂ, ਕਿੰਨੇ ਸਵਾਸ ਤੁਸੀਂ ਲੈਣੇ ਨੇ, ਕਿਸ ਹਾਲਾਤ 'ਚ ਤੁਸੀਂ ਲੈਣੇ ਨੇ, ਅਤੇ ਉਸ ਮਾਲਕ ਦੇ ਹੱਥ ਨੇ। ਸੋ ਉਹ ਜਦੋਂ ਸਾਰਾ ਕੁਛ ਬਾਹਰ ਲਾ ਕੇ ਹੱਥ ਹਟ ਜਾਂਦੀਆਂ ਨੇ ਮਾਵਾਂ ਜਾਂ ਪਰਿਵਾਰਕ ਮੈਂਬਰ ਜਾਂ ਉਹ ਜ਼ਾਲਮ ਹੱਥ ਜਿਹੜੀਆਂ ਇਹਨਾਂ ਧੀਆਂ ਨੂੰ ਦੇਖਣਾ ਨਹੀਂ ਚਾਹੁੰਦੇ ਹੁੰਦੇ, ਸੋ ਉਸ ਤੋਂ ਬਾਅਦ ਫਿਰ ਜਿਹੜੇ ਸਵਾਸ ਲੈਂਦੀਆਂ, ਫਿਰ ਆਹ ਦੇਖੋ ਕਿਸ ਤਰ੍ਹਾਂ ਜਿਹੜੀਆਂ ਕਾਮਯਾਬ ਹੋ ਕੇ ਵੀ ਨਿਕਲਦੀਆਂ। ਅੱਛਾ ਭੈਣ ਜੀ, ਜਿੱਦਾਂ ਇਹ ਬੱਚੀਆਂ ਪੜ੍ਹ ਲਿਖਦੀਆਂ ਆ ਬੜੀ ਅੱਛੇ ਸਕੂਲਾਂ ਦੇ ਵਿੱਚ, ਸਕੂਲਿੰਗ ਤੁਸੀਂ ਕਰੋ
ਕਰਾਉਨੇ ਹੋ ਅੱਛੇ ਕਾਲਜ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੂੰ ਪੜਾਉਨੇ ਹੋ ਤੇ ਇਹ ਬੱਚੇ ਵੀ ਸਾਨੂੰ ਜਿੱਦਾਂ ਦੱਸ ਕੇ ਗਈ ਆ ਤੇ ਇਸ ਤੋਂ ਬਾਅਦ ਫਿਰ ਆ ਕੇ ਇਹਨਾਂ ਦੇ ਘਰ ਵਸਾਉਣ ਤੱਕ ਦਾ ਵੀ ਅਗਲੇ ਪ੍ਰੋਗਰਾਮ ਨੇ ਕਿਉਂਕਿ ਜੀਆਂ ਨੇ ਆਪਣੇ ਘਰੇ ਭੇਜਣੀਆਂ ਨੇ ਮੇਰੀਆਂ ਬੇਟੀਆਂ ਬੜੇ ਚੰਗੇ ਘਰਾਂ 'ਚ ਉਹਨਾਂ ਦੀਆਂ ਸ਼ਾਦੀਆਂ ਕੀਤੀਆਂ ਫਿਰ ਜਦੋਂ ਸ਼ਾਦੀ ਕਰੀ ਦੀ ਹੈ ਫਿਰ ਇਹ ਨਹੀਂ ਹੈ ਕਿ ਹੋਰਨਾਂ ਦੀ ਤਰ੍ਹਾਂ ਵੀ ਉਹਨਾਂ ਨੂੰ ਅਖਬਾਰਾਂ 'ਚ ਉਹਦੀ ਨਿਊਜ਼ ਦੇਣੀ ਹੈ ਵੀ ਉਹਦੀ ਸ਼ਾਦੀ ਹੈ ਨਹੀਂ ਬਿਲਕੁਲ ਨਹੀਂ ਬੱਚੀ ਨੇ ਅਗਲੇ ਘਰ 'ਚ ਜਾਣਾ ਬੜੇ ਰਿਸਪੈਕਟਫੁਲੀ ਜਿਵੇਂ ਪੇਰੈਂਟਸ ਮੈਰਿਜ ਕਰਦੇ ਆ ਫਿਰ ਇਸ ਤਰ੍ਹਾਂ ਅਸੀਂ ਉਹਨਾਂ ਬੱਚੀਆਂ ਦੀਆਂ ਸ਼ਾਦੀਆਂ ਕਰਦੇ ਹਾਂ ਬੱਚੀਆਂ ਦੀ ਸਲਾਹ ਨਾਲ ਬੱਚੀਆਂ ਨੂੰ ਪੁੱਛ ਕੇ ਕਿ ਬੱਚੇ ਦੀ ਪੂਰਾ ਲੈ ਕੇ ਸਲਾਹ ਜੋ ਆਮ ਆਪਾਂ ਬੱਚੀ ਦੇ ਚਾਹ ਪੂਰੇ ਕਰਦੇ ਆ ਉਹ ਚਾਹ ਇਸ ਹੋਮ ਦੇ ਵਿੱਚ ਕੀਤੇ ਹਾਂਜੀ ਕੀਤੇ ਜਾਂਦੇ ਨੇ ਇਹ ਸਾਰੀ ਉਹਦੇ ਹੁਕਮ ਦੀ ਖੇਡ ਹੈ ਇਹ ਤੇ ਗੁਰੂ ਨਾਨਕ ਸਾਹਿਬ ਹੀ ਸੱਚੇ ਪਾਤਸ਼ਾਹ ਹੱਥ ਰੱਖਦੇ ਅੱਛਾ ਹੋਰ ਦੱਸੋ ਜਦੋਂ ਇਹ ਜਿਹੜਾ ਬੱਚੀਆਂ ਜਦੋਂ ਤੁਸੀਂ ਇਹਨਾਂ ਨੂੰ ਵਿਆਹੁੰਦੇ ਆ ਤੇ ਜਾਂ ਜਦੋਂ ਇਹ ਸਮਾਜ ਦੇ ਵਿੱਚ ਵਿਚਰਦੀਆਂ ਜਦੋਂ ਆਪਣੇ ਇੱਥੇ ਪੇਕੇ ਘਰ ਆਉਂਦੀਆਂ ਫਿਰ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਦੋ ਤੇ ਦੋਤੀਆਂ ਫਿਰ ਕਿਉਂਕਿ ਸਾਰਾ ਉਹ ਵੀ ਤੁਸੀਂ ਮੈਨੂੰ ਦੱਸ ਬਹੁਤ ਵਧੀਆ ਬਹੁਤ ਵਧੀਆ ਬੱਚੀਆਂ ਆਉਂਦੀਆਂ ਜਾਂਦੀਆਂ ਸ਼ਾਦੀਆਂ ਕੀਤੀਆਂ ਬੱਚੀਆਂ ਦੀਆਂ ਹਾਂ ਦੋਤੀਆਂ ਦੀਆਂ ਜਾ ਕੇ ਸ਼ਾਦੀਆਂ ਕਰੀਦੀਆਂ ਨੇ ਦੋ ਦੋ ਤਿੰਨ ਤਿੰਨ ਪੀੜ੍ਹੀਆਂ ਜਿਹੜੀਆਂ ਭੈਣ ਜੀ ਉਹਨਾਂ ਨੇ ਆਪਣੇ ਹੱਥੀਂ ਵਿਆਹੀਆਂ ਨੇ ਸੋ ਇਹ ਆਪਣੇ ਆਪ ਦੇ ਵਿੱਚ ਇਹ ਛੋਟੀਆਂ ਗੱਲਾਂ ਨੇ ਜੇ ਆਪਾਂ ਕਹੀਏ ਨਾ ਵੀ 90 ਤੋਂ ਲੈ ਕੇ ਤੇ ਅੱਜ ਅਸੀਂ ਇਹ 3-4 3.5 ਦਹਾਕਿਆਂ ਦਾ ਸਮਾਂ ਜਿਹੜਾ ਇਹ ਕੋਈ ਥੋੜਾ ਸਮਾਂ ਨਹੀਂ ਹੁੰਦਾ ਪਰ ਇਹ 90 'ਚ ਤੇ ਟਰਸਟ ਬਣਿਆ ਨਾ ਉਸ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਸੇਵਾ ਤੇ ਸ਼ੁਰੂ ਤੋਂ ਸਾਰੀ ਜ਼ਿੰਦਗੀ ਸਾਰੀ ਤੁਸੀਂ ਸੱਚੇ ਪਾਤਸ਼ਾਹ ਨੇ ਲਈ ਸੇਵਾ ਸਾਰੀ ਲਾਈਫ ਬਿਲਕੁਲ ਅੱਛਾ ਥੋੜਾ ਜਿਹਾ ਕਿ ਤੁਸੀਂ ਆਪਣੇ ਬਾਰੇ ਦੱਸਣਾ ਚਾਹੋ ਕਿਉਂਕਿ ਤੁਸੀਂ ਬਹੁਤ ਲੇਟ ਆਏ ਹੋ ਸਿਨੈਰੀਓ ਦੇ ਵਿੱਚ ਨਹੀਂ ਆਮ ਤੌਰ ਦੇ ਉੱਤੇ ਅਸੀਂ ਤੁਹਾਨੂੰ ਜਦੋਂ ਦੇਖਦੇ ਸੀਗੇ ਤੁਸੀਂ ਅਗਰ ਕਿਸੇ ਸਮਾਗਮ ਦੇ ਵਿੱਚ ਵੀ ਸਾਨੂੰ ਮਿਲੇ ਹੋ ਤਾਂ ਤੁਸੀਂ ਫਤਿਹ ਬੁਲਾ ਕੇ ਜਾਂ ਸਾਂਝ ਪਾ ਕੇ ਸੰਗਤ ਦੇ ਨਾਲ ਤੁਸੀਂ ਚਲੇ ਜਾਂਦੇ ਸੀਗੇ ਕਦੇ ਤੁਸੀਂ ਜ਼ਿਕਰ ਨਹੀਂ ਸੀ ਕਰਦੇ ਹੁੰਦੇ ਆਪਦੇ ਬਾਰੇ ਇਹਦਾ ਕੀ ਕਾਰਨ ਸੀਗਾ ਬੜਾ ਪਰਦੇ ਦੇ ਪਿੱਛੇ ਰਹਿ ਕੇ ਤੁਸੀਂ ਇਹ ਸਾਰਾ ਕੁਝ ਕਿਉਂ ਕੀਤਾ ਐਸਾ ਕੀ ਕਾਰਨ ਸੀ ਭੈਣ ਜੀ ਸ਼ੁਰੂ ਤੋਂ ਹੀ ਸਾਰੀ ਜ਼ਿੰਦਗੀ ਇੱਕ ਭਰੋਸਾ ਰਿਹਾ ਵੀ ਗੁਰੂ ਸਾਹਿਬ ਜੀ ਤੁਸੀਂ ਵੇਖ ਰਹੇ ਹੋ ਗੁਰੂ ਸਾਹਿਬ ਜੀ ਤੁਸੀਂ ਸੁਣ ਰਹੇ ਹੋ ਅਤੇ ਬਿਹਾਈਂਡ ਕਰਟਨ ਜੋ ਮੈਂ ਆਪਣੀ ਲਾਈਫ ਨੂੰ ਲੀਡ ਕੀਤਾ ਉਹਦੇ 'ਚ ਜੋ ਮੈਂ ਇੰਜੋਏ ਕੀਤਾ ਆ ਹੁਣ ਪਿੱਛੇ ਜੇ ਮੋਦੀ ਸਾਹਿਬ ਨੇ ਜਦੋਂ ਦਿੱਤਾ ਅਵਾਰਡ ਦਿੱਤਾ ਤੁਹਾਨੂੰ ਅਵਾਰਡ ਦਿੱਤਾ ਪਦਮ ਸ਼੍ਰੀ ਉਦੋਂ ਸਾਡੇ ਮੂੰਹਾਂ ਦੀਆਂ ਫੋਟੋ ਬੜੀਆਂ ਖਿੱਚ ਖਿੱਚ ਕੇ ਪਾਤੀਆਂ ਅਜੇ ਵੀ ਚੰਗਾ ਲੱਗਦਾ ਹੈ ਕਿ ਇੱਥੇ ਤਾਂ ਲੋਕ ਅਸਾਂ ਕਰਕੇ ਕੋਈ ਸਾਡੇ ਵਰਗੇ ਚਾਰ ਦਿਨ ਰੌਲਾ ਪਾ ਕੇ ਲੈ ਜਾਂਦੇ ਨੇ ਤੁਸੀਂ ਤਾਂ ਇੰਨੀਆਂ ਧੀਆਂ ਨੂੰ ਸਾਂਭਿਆ ਪਾਲਿਆ ਔਰ ਇੱਕ ਸਮਾਜ ਨੂੰ ਸੇਧ ਦਿੱਤੀ ਹੈ ਤੁਸੀਂ ਤਾਂ ਹੱਕਦਾਰ ਹੋ ਉਹਦੇ ਵਿੱਚ
ਗਈਆਂ ਭਾਰਤ ਸਰਕਾਰ ਦੀਆਂ ਗਾਈਡਲਾਈਨ ਵੀ ਆ ਗਈਆਂ ਵੀ 1000 2000 ਤੋਂ ਉੱਪਰ ਤੁਸੀਂ ਅਗਰ ਪੈਸਾ ਲੈਂਦੇ ਹੋ ਤਾਂ ਉਹਦਾ ਤੁਸੀਂ ਪੈਨ ਨੰਬਰ ਲਿਓ ਆ ਲਓ ਉਹ ਲੋਕੋ ਕਿ ਦਾਨ ਕਰਨ ਵਾਲਾ ਵੀ ਡਰਦਾ ਤੇ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਸੋ ਜਿਹੜੇ ਹੋਰ ਜਿਹੜੀਆਂ ਕਈ ਲੋਕ ਇਹ ਹੁੰਦਾ ਵੀ ਲੋੜ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੈਸਾ ਕੋਈ ਨਹੀਂ ਦੇ ਸਕਦਾ ਕੋਈ ਸਮਾਂ ਦੇ ਸਕਦਾ ਕੋਈ ਕਿਸੇ ਤਰੀਕੇ ਦੇ ਨਾਲ ਇਸ ਸੰਸਥਾ ਨਾਲ ਕਿਸ ਕਿਸ ਤਰੀਕੇ ਦੇ ਨਾਲ ਅਗਰ ਕਿਸ ਕੋਈ ਜੁੜਨਾ ਚਾਹੇ ਜਿਹੜੇ ਦੇਸ਼ ਵਿਦੇਸ਼ 'ਚ ਇਸ ਟਾਈਮ ਤੁਹਾਨੂੰ ਦੇਖ ਰਹੇ ਆ ਉਹ ਤੁਹਾਡੀ ਮਾਈਕ ਮਦਦ ਵੀ ਕਰਨ ਤੁਹਾਡੀ ਹੋਰ ਕਿਸੇ ਤਰ੍ਹਾਂ ਦੀ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਜੁੜ ਸਕਦੇ ਆ ਇਹਨਾਂ ਬੱਚਿਆਂ ਦਾ ਵੀਰ ਜੀ ਜਿਹੜਾ ਫਿਊਚਰ ਹੈ ਨਾ ਹਾਂਜੀ ਇਹਨਾਂ ਬੱਚਿਆਂ ਦਾ ਫਿਊਚਰ ਹੀ ਐਜੂਕੇਸ਼ਨ ਹੈ ਬਿਲਕੁਲ ਅਗਰ ਇਹ ਬੱਚੀਆਂ ਪੜ੍ਹ ਲਿਖ ਜਾਣਗੀਆਂ ਤੇ ਆਪਣੇ ਫਿਊਚਰ 'ਚ ਇੰਨਾ ਸੁੰਦਰ ਕੰਮ ਕਰਦੀਆਂ ਨੇ ਹੋਰ ਅੱਗੇ ਵਧਣਗੀਆਂ ਸੋ ਸਾਡਾ ਜਿਹੜਾ ਏਮ ਹੈ ਇੱਕ ਤੇ ਬੱਚੀਆਂ ਦੀ ਹੈ ਇਹਨਾਂ ਨੂੰ ਸੇਫ ਗਰਲਸ ਤੇ ਆ ਸੈਕਿੰਡ ਨਾਲ ਉਹਦੇ ਬਰਾਬਰ ਤੇ ਐਜੂਕੇਸ਼ਨ ਦਾ ਕਿ ਇਹਨਾਂ ਨੂੰ ਐਜੂਕੇਸ਼ਨ ਵੀ ਚਾਹੀਦੀ ਹੈ ਤੇ ਐਜੂਕੇਸ਼ਨ ਅੱਜ ਕੱਲ੍ਹ ਜਿਹੜੇ ਵੱਡੇ ਵੱਡੇ ਸਕੂਲ ਉਹਨਾਂ 'ਚ ਬਹੁਤ ਮਹਿੰਗੀ ਹੈ ਸੋ ਸੰਗਤ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਭਾਈ ਇਹਨਾਂ ਬੱਚੀਆਂ ਦੀ ਵੱਧ ਤੋਂ ਵੱਧ ਹੈਲਪ ਕਰੋ ਤਾਂ ਕਿ ਅਸੀਂ ਇਹਨਾਂ ਬੱਚੀਆਂ ਨੂੰ ਹੋਰ ਵਧੀਆ ਤੋਂ ਵਧੀਆ ਸਕੂਲਿੰਗ ਪ੍ਰੋਵਾਈਡ ਕਰ ਸਕੀਏ ਹੋਰ ਵਧੀਆ ਤੋਂ ਵਧੀਆ ਕਾਲਜ ਯੂਨੀਵਰਸਿਟੀ ਕਿਉਂਕਿ ਇਹਨਾਂ ਬੱਚਿਆਂ ਦਾ ਐਜੂਕੇਸ਼ਨ ਹੀ ਇਹਨਾਂ ਦੀ ਲਾਈਫ ਹੈ ਹੋਰ ਤੇ ਸਾਰੇ ਸੋਰਸ ਰੱਬ ਨੇ ਲੈ ਲਏ ਪਰ ਇਹ ਅਗਰ ਇਹ ਪੜ੍ਹ ਲਿਖਣਗੀਆਂ ਆਪਣੇ ਪੈਰਾਂ ਤੇ ਖੜੀਆਂ ਹੋਣਗੀਆਂ ਤੇ ਅੱਗੇ ਸਮਾਜ ਦੇ ਵਿੱਚ ਜਿਹੜਾ ਇਹਨਾਂ ਨੇ ਮਾੜਾ ਸਮਾਂ ਦੇਖਿਆ ਉਹ ਘੱਟੋ ਘੱਟ ਸਮਾਜ ਨੂੰ ਇਹ ਬਚਾਉਣਗੀਆਂ ਸੇਧ ਦੇਣਗੀਆਂ ਜਿਹੜੇ ਘਰ ਦੀ ਲੇਡੀ ਪੜ੍ਹੀ ਲਿਖੀ ਹੋਏਗੀ ਉਸ ਘਰ ਦੀ ਨੁਹਾਰ ਹੋਏਗੀ ਜਿਹੜੇ ਕੰਟਰੀਜ਼ ਦੀ ਲੇਡੀ ਪੜ੍ਹੀ ਲਿਖੀ ਹੋਏਗੀ ਉਸ ਨੇਸ਼ਨ ਦੀ ਨੁਹਾਰ ਹੀ ਹੋਰ ਹੋਏਗੀ ਕਿਉਂਕਿ ਇਹਨਾਂ ਬੱਚਿਆਂ ਨੂੰ ਤੇ ਇੰਨਾ ਜ਼ਰੂਰੀ ਹੈ ਪੜ੍ਹਨਾ ਫਿਰ ਖਾਸ ਕਰਕੇ ਇਹਨਾਂ ਬੱਚਿਆਂ ਨੂੰ ਇੱਕ ਇਹਨਾਂ ਦਾ ਸਹਾਰਾ ਹੀ ਐਜੂਕੇਸ਼ਨ ਸੋ ਅਸੀਂ ਸੰਗਤ ਬਹੁਤ ਵੱਡੀ ਗੱਲ ਭੈਣ ਜੀ ਉਹਨਾਂ ਨੇ ਕਹੀ ਹੈ
क्योंकि वैसे तो हर एक धी पुत नूं पढ़ना चाहिए, बच्चों भी पढ़ना चाहिए, मुंडियां नूं भी पढ़ना चाहिए, पर तरासदी है भैन जी जो भी कोई भी असीं एग्जाम देखते हैं सारे के मूहरे बच्चियां साड़ियां अगे जांदियां, तो इन्हां नूं अहसास हुंदा कि असीं अगे समाज चलाउणा, तो इन्हां दा पढ़े लिखे होना बहुत जरूरी है। कहिंदे ने भी मुंडा पढ़ता तो एक घर पढ़ गया, धियां पढ़ गईयां तो दो घर पढ़ गईयां, सो इस करके धियां दा पढ़े लिखे होना बहुत जरूरी है। अच्छा भैन जी, जिदा ये पढ़ाई के खर्चे इन्हां दे बच्चों के, जे कोई कोई NRI जां कोई होर कोई कोई संस्था जिदा कोई कॉलेज यूनिवर्सिटियां आ, ਉਹ ਇਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਤੌਰ ਦੇ ਉੱਤੇ ਅਡਾਪਟ ਕਰਨਾ ਚਾਹੁੰਣ, ਕੀ ਸੰਸਥਾ ਉਸ ਚੀਜ਼ ਦੀ ਪ੍ਰਵਾਨਗੀ ਦਿੰਦੀ ਹੈ, ਤੁਹਾਡਾ ਐਕਟ ਦਿੰਦਾ ਪ੍ਰਵਾਨਗੀ? ਨਹੀਂ, ਅਸੀਂ ਪਹਿਲਾਂ ਕੀਤਾ ਸੀ ਇਹ ਸਿਸਟਮ। ਹਾਂ, ਮੰਨ ਲਓ ਕਿਸੇ ਨੇ 2-4 ਬੱਚੇ ਲੈ ਲਏ ਅਡਾਪਸ਼ਨ 'ਚ, ਉਹਨਾਂ ਨੇ ਲੈ ਲਏ, ਬਟ ਉਹਦੇ ਵਿੱਚ ਦੂਜੇ ਬੱਚੇ ਜਿਹੜੇ ਉਹ ਬੜੇ ਮੈਂਟਲੀ ਡਿਸਟਰਬ ਹੁੰਦੇ, ਫਿਰ ਅਸੀਂ ਸਾਰਾ ਜੁਆਇੰਟਲੀ ਹੀਣ ਭਾਵਨਾ ਆਉਂਦੀ ਆ, ਹੀਣ ਭਾਵਨਾ ਆਉਂਦੀ ਆ, ਬਹੁਤ ਜ਼ਿਆਦਾ ਕੁਐਸਚਨ ਪੁੱਟ ਕਰਦੇ ਆ, ਫਿਰ ਅਸੀਂ ਐਸੇ ਪੈਸਿਆਂ ਨੂੰ ਵੀ ਕੀ ਕਰਨਾ ਜਿਸ 'ਚ ਬੱਚਾ ਮੈਂਟਲੀ ਡਿਸਟਰਬ ਹੋ ਗਿਆ। ਬੱਚਾ ਬਿਲਕੁਲ, ਇਹ ਗੱਲ ਸਹੀ ਹੈ ਭੈਣ ਜੀ, ਉਹਨਾਂ ਦੀ ਇੱਕ ਬੱਚਾ ਕੋਈ ਵਧੀਆ ਸਹੂਲਤਾਂ ਦਾ ਮਾਣ ਕੇ ਮਾਣ ਰਿਹਾ ਤੇ ਦੂਸਰਾ ਬੱਚਾ ਉਹਨੂੰ ਘੱਟ ਮਿਲ ਰਿਹਾ, ਫਿਰ ਅਸੀਂ ਸਾਰਾ ਜੁਆਇੰਟਲੀ ਕਰਦੇ ਆ ਭਾਈ ਕਨਈਆ ਜੀ ਚੈਰੀਟੇਬਲ ਟਰਸਟ ਦਾ ਨਾਮ ਹੈ, ਫਿਰ ਅਸੀਂ ਬਰਾਬਰ, ਕਿਉਂਕਿ ਭਾਈ ਕਨਈਆ ਜੀ ਦਾ ਕਨਸੈਪਟ ਹੀ ਉਹ ਹੈ ਕਿ ਸਭ ਨੂੰ ਬਰਾਬਰ ਉਹਨਾਂ ਨੇ ਦੇਖਿਆ, ਸੋ ਇਸ ਕਰਕੇ ਟਰਸਟ ਦਾ ਨਾਮ ਹੈ ਜਿਸ ਤਰ੍ਹਾਂ ਦੀ ਸੇਵਾ ਭੈਣ ਜੀ ਉਹਨਾਂ ਦੀ। ਸੋ ਤੁਸੀਂ ਇਹਦੇ ਨਾਲ ਇਹ ਸੰਸਥਾ ਜਿਹੜੀ ਹੈ ਤੁਹਾਡੇ ਕੋਲ ATG ਦੇ ਨਾਲ ਵੀ ਤੁਸੀਂ ਜਿਹੜੇ ਦੇਖਿਆ ਉਹ ਸਾਰਾ ਦੱਸ ਦਿਓ, ਤੁਹਾਨੂੰ ਕਿਸ ਕਿਸ ਰੂਪ ਦੇ ਵਿੱਚ ਜਿਹੜੇ ਲੋਕ ATG ਵੀ ਜਿਹੜਾ ਇੰਡੀਆ ਦੇ ਵਿੱਚ ਹੈ। ਹਾਂ, ਤੇ ਪਲੱਸ ਗਵਰਨਮੈਂਟ ਨੇ ਸਾਨੂੰ ਉਹ ਜਿਹੜਾ ਵਿਦੇਸ਼ ਤੋਂ ਪੈਸਾ ਲੈਣ ਵਾਸਤੇ FCRA ਕਹਿੰਦਾ, FCRA ਕੋਈ ਉਹ ਵੀ ਨੰਬਰ ਅਲਾਟ ਕੀਤਾ ਹੈ ਜੀ, ਬਟ ਮੈਂ ਸੰਗਤ ਨੂੰ ਇੱਕ ਮੈਸੇਜ ਜ਼ਰੂਰ ਕਨਵੇ ਕਰਨਾ ਚਾਹੁੰਦੀ ਹਾਂ, ਸੁਸਾਇਟੀ ਨੂੰ ਜੀ, ਸੁਸਾਇਟੀ ਨੂੰ ਮੈਂ ਇੱਕ ਮੈਸੇਜ ਇਹ ਕਨਵੇ ਕਰਨਾ ਚਾਹੁੰਦੀ ਹਾਂ ਕਿ ਪਰਮਾਤਮਾ ਕਰੇ ਕਿ ਨਾ ਬੇਬੀ ਕਰੈਡਲ ਬਣਨ ਤੇ ਨਾ ਹੀ ਵ੍ਰਿਧ ਆਸ਼ਰਮ ਬਣਨ, ਕਿ ਰੱਬ ਸਾਨੂੰ ਸਮਤ ਬਖਸ਼ੇ, ਸਾਨੂੰ ਵਿਵੇਕ ਬੁੱਧ ਬਖਸ਼ਣ ਗੁਰੂ ਸਾਹਿਬ, ਅਸੀਂ ਆਪਣੇ ਪੁਰਖਿਆਂ ਦੀ ਆਪ ਸੇਵਾ ਕਰੀਏ, ਆਪਣੇ ਬੱਚਿਆਂ ਨੂੰ ਬੌਰਨ ਕਰਕੇ ਆਪ ਉਹਨਾਂ ਦੀ ਲੁੱਕ ਆਫਟਰ ਕਰੀਏ, ਬਟ ਫਿਰ ਵੀ ਸਾਡਾ ਮਨੁੱਖੀ ਮਨ ਹੈ, ਕਿਤੇ ਕੋਈ ਸਾਨੂੰ ਐਸੀ ਪ੍ਰੋਬਲਮ ਆ ਜਾਂਦੀ ਹੈ, ਮੰਨ ਲਓ ਕਿ ਬੱਚੀਆਂ ਜ਼ਿਆਦਾ ਹੋ ਗਈਆਂ ਨੇ, ਕੋਈ ਪਾਵਰਟੀ ਕੌਜ਼ ਹੋ ਗਿਆ, ਕੋਈ ਮੈਰਿਜ ਟੁੱਟ ਗਈ ਹੈ, ਪਰ ਇਹਦੇ ਵਿੱਚ ਸਾਨੂੰ ਇਹ ਤਾਂ ਹੱਕ ਨਹੀਂ ਨਾ ਪਰਮਾਤਮਾ ਨੇ ਦਿੱਤਾ ਕਿ ਉਹਨਾਂ ਬੱਚੀਆਂ ਨੂੰ ਫੜ ਕੇ ਡਸਟਬਿਨਾਂ 'ਚ ਸੁੱਟ ਦਿਉ, ਉਹਨਾਂ ਨੂੰ ਨਾਲੀਆਂ 'ਚ ਸੁੱਟ ਦਿਉ, ਉਹਨਾਂ ਨੂੰ ਕੁੱਤਿਆਂ ਬਿੱਲਿਆਂ ਦੇ ਅੱਗੇ ਸੁੱਟ ਦਿਉ, ਉਹਨਾਂ ਦੀ ਇੰਨੀ ਦੁਰਦਸ਼ਾ ਕਰੋ ਕਿ ਉਹਨਾਂ ਦਾ ਜਿਉਣ ਦਾ ਹੀ ਹੱਕ ਖੋਲੋ। ਸੋ ਮੈਂ ਇਹ ਬੇਨਤੀ ਕਰਨਾ ਚਾਹੁੰਦੀ ਹਾਂ, ਮੈਂ ਫਿਰ ਕਹਿੰਦੀ ਹਾਂ ਕਿ ਪਰਮਾਤਮਾ ਸਾਨੂੰ ਸਮਤ ਬਖਸ਼ਿਸ਼ ਕਰੇ, ਅਸੀਂ ਇਸ ਤਰ੍ਹਾਂ ਨਾ ਕਰੀਏ, ਸੁਸਾਇਟੀ ਦੇ ਤਾਣੇ ਬਾਣੇ ਨੂੰ ਖਰਾਬ ਨਾ ਕਰੀਏ, ਪਰ ਕਿਤੇ ਕੋਈ ਐਸੀ ਪ੍ਰੋਬਲਮ ਆ ਗਈ ਹੈ ਤੇ ਇਹਨਾਂ ਬਾਲੜੀਆਂ ਦੇ ਲਈ, ਨਵ ਜੰਮੀਆਂ ਬੇਟੀਆਂ ਦੇ ਲਈ ਭਾਈ ਕਨਈਆ ਜੀ ਚੈਰੀਟੇਬਲ ਟਰਸਟ ਯੂਨੀਕ ਹੋਮ ਜਲੰਧਰ 24 ਘੰਟੇ ਖੁੱਲ੍ਹਾ ਵੈ, ਪਲੀਜ਼ ਤੁਸੀਂ ਸਾਨੂੰ ਇੱਕ ਫੋਨ ਕਰਨਾ, ਅਸੀਂ ਬੜੀ ਰਿਸਪੈਕਟਫੁਲੀ ਬੱਚੀ ਲੈ ਕੇ ਆਵਾਂਗੇ, ਨੰਬਰ ਨੋਟ ਕਰ ਲਓ ਪਲੀਜ਼ ਮੇਰਾ, ਹਾਂ 8284851583 82-84-85-1583 ਇਸ ਨੰਬਰ 'ਤੇ ਤੁਸੀਂ ਕਾਲ ਕਰ ਦੇਣੀ ਹੈ, ਅਸੀਂ ਬੱਚੀ ਨੂੰ ਬੜੀ ਰਿਸਪੈਕਟਫੁਲੀ ਲੈ ਕੇ ਆਵਾਂਗੇ, ਪਰ ਇਹ ਵੀ ਨਹੀਂ ਕਿਸੇ ਨੂੰ ਦੱਸਿਆ ਜਾਏਗਾ ਕਿ ਬੱਚੀ ਕੌਣ ਹੈ, ਬੱਚੀ ਕਿੱਥੋਂ ਆਈ ਹੈ, ਬਿਲਕੁਲ ਨਹੀਂ, ਕਿਉਂਕਿ ਅਸੀਂ ਉਹਦੇ ਵਿੱਚ ਵੱਧ ਤੋਂ ਵੱਧ ਬੱਚੇ ਦਾ ਵੇਖਣਾ ਵਾ ਕਿ ਅਸੀਂ ਉਹਨੂੰ ਕਿਵੇਂ ਬਚਾਉਣਾ ਵਾ। ਸੋ ਇਸ ਤਰ੍ਹਾਂ ਕਰਕੇ ਫਿਰ ਅਸੀਂ ਇੱਕ ਹੋਰ ਮੈਂ ਸੰਗਤ ਨੂੰ ਕਹਿਣਾ ਚਾਹੁੰਦੀ ਹਾਂ ਕਿ 1-24 ਅਪ੍ਰੈਲ ਸਾਡੀ ਪੱਕੀ ਫਿਕਸ ਡੇਟ ਹੈ, ਅਸੀਂ ਬੱਚੀਆਂ ਦਾ ਬਰਥਡੇ ਸਾਰੀਆਂ ਦਾ ਸੈਲੀਬ੍ਰੇਟ ਕਰਦੇ ਮਨਾਉਂਦੇ ਹੋ ਤੁਸੀਂ ਜੁਆਇੰਟਲੀ, 100 kg ਦਾ ਕੇਕ ਬੱਚੇ ਕੱਟਦੇ ਆ, 100 kg ਦਾ ਕੇਕ ਕੱਟਦੇ ਹੋ, ਤੇ 24 ਅਪ੍ਰੈਲ ਤੁਹਾਡੀ ਹਰ ਸਾਲ ਡੇਟ ਪੱਕੀ ਹੈ, ਤੇ ਉਹਦੇ ਵਿੱਚ ਸਾਰੀਆਂ ਬੱਚੀਆਂ ਪ੍ਰੋਗਰਾਮ ਆਪਣਾ ਆਪ ਪੇਸ਼ ਕਰਦੀਆਂ ਨੇ। ਹਾਂਜੀ, ਉਹਦੇ ਵਿੱਚ ਉਸ ਬਰਥਡੇ ਪਿੱਛੇ ਮਕਸਦ ਕੀ ਹੈ ਕਿ ਹਰ ਮਦਰ ਨੂੰ ਪਤਾ ਹੋਵੇ, ਹਰ ਮਾਈ ਬਾਪ ਨੂੰ ਪਤਾ ਹੋਵੇ ਕਿ ਇੱਥੇ ਬੱਚਿਆਂ ਦਾ ਯੂਨੀਕ ਹੋਮ ਹੈ ਭਾਈ ਕਨਈਆ ਜੀ ਚੈਰੀਟੇਬਲ ਟਰਸਟ। ਜਦੋਂ ਮਦਰ ਆਪਣੇ ਬੱਚੇ ਨੂੰ ਮਾਰਨ ਲੱਗੇ, ਜਦੋਂ ਮਦਰ ਆਪਣੇ ਨਿਊਲੀ ਬੋਰਨ ਬੱਚੇ ਨੂੰ ਕੁੱਤਿਆਂ ਬਿੱਲਿਆਂ ਨਾਲੀਆਂ ਦੇ ਵਿੱਚ ਸੁੱਟਣ ਲੱਗੇ, ਤੇ ਉਹਦੀ ਕੌਨਸ਼ੀਅਸ ਅਲਾਓ ਕਰੇ ਕਿ ਰੁਕ ਜਾ, ਕਿਤੇ ਕੋਈ ਜਗ੍ਹਾ ਹੈ ਜਿੱਥੇ ਇਹਨਾਂ ਬੱਚਿਆਂ ਦਾ ਵਾਰਮਲੀ ਵੈਲਕਮ ਹੈ, ਤੂੰ ਇਹਨੂੰ ਮਾਰਨਾ, ਉਹਦੀ ਆਤਮਾ ਹੀ ਉਹਨੂੰ ਕਵੇ ਕਿ ਤੂੰ ਮਾਰਨਾ, ਤੂੰ ਯੂਨੀਕ ਹੋਮ ਦੇ ਵਿੱਚ ਇਨਫੋਰਮ ਕਰ ਦੇ ਜਾਂ ਉੱਥੇ ਰੱਖਿਆ ਕਿ ਉਹ ਬੱਚੀ ਨੂੰ ਮਾਰੇ ਨਾ, ਬੱਚੀ ਨੂੰ ਬਚਾਉਣਾ ਸੀ ਸਾਡਾ ਮੇਨ ਮਕਸਦ ਇਹ ਹੈ, ਨਿਊਲੀ ਬੋਰਨ ਬੱਚੀਆਂ ਨੂੰ ਇਸ ਤਰ੍ਹਾਂ ਨਾ ਸੁੱਟੋ, ਔਰ ਬੱਚੀਆਂ ਪੂਰੀਆਂ ਜੋ ਸਾਡੀਆਂ ਇੰਡੀਆ ਦੀਆਂ ਗਾਈਡਲਾਈਨਸ ਨੇ ਉਹਦੇ ਅਕੋਰਡਿੰਗ ਅਸੀਂ ਬੱਚਿਆਂ ਨੂੰ ਰੱਖਦੇ ਹਾਂ। ਸੋ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਕਿ ਦੁਨੀਆਂ ਦੇ ਲੋਕੋ ਬੱਚੀਆਂ ਨੂੰ ਨਾ ਮਾਰੋ, ਕਿਹੜੇ ਅਸੀਂ ਸੰਸਕ੍ਰਿਤੀ 'ਚ ਪਾਲੇ ਆ, ਬਿਲਕੁਲ, ਸੋ ਸਾਡਾ ਕੋਈ ਵੀ ਧਰਮ ਸਾਨੂੰ ਅਲਾਓ ਨਹੀਂ ਕਰਦਾ, ਬਿਲਕੁਲ ਨਹੀਂ ਕਰਦਾ, ਕਿਸੇ ਦੀ ਜਾਨ ਲਈ ਉਹ ਵੀ ਜਿਹਨੇ
दुनिया जहान नहीं हले देखिया, असीं उहदी जान लई और की पता तुहाडा जिस बच्ची नूं तुसीं अज मार रहे हो वह कितने इस तरह की बच्ची होवे जिहड़ी अज पढ़ लिख के देखो कित्थे घूम रही है दुनिया के वधिया कॉलेजेस दे विच एजुकेशन लैके कलों पता नहीं इस बच्ची ने किस मुकाम के उत्ते पहुँचना। सो एक 24 तरीक जिहड़ा 24 अप्रैल का भैन जी उन्होंने दसिया, सो एक तां तुसीं जिहड़ियां मावां अगर इस तरह के हालातों के पहुँच जांदी हो कि बच्चे जिहड़े ओह नहीं तुसीं रख सकदियां बच्चियां तो इत्थे दिओगे घट्टो घट 24 तरीक नूं तुसीं याद कर लिओ भी अज तुहाडी धी का जन्मदिन अज मनाया जा रहा उस दिन तुहाडे भी याद रहेगा। और खास तौर दे उत्ते मैं सारे मीडिया अदारियां नूं ये बेनती जरूर करूँगा कि चाहे वह प्रिंट मीडिया चाहे वह इलैक्ट्रॉनिक मीडिया, सो समा कढ़ के जरूर एक तां उह चीज़ इन्हां बच्चों की कवर करके पूरी दुनिया के असी दिखाईए और दूसरा कदे भी कितें इस तरह दीआं संस्थावां दे कोई समागम हुंदे ने उत्थे असी सदा ना अड़ीकीए, उत्थे असी इह देखीए सानूं पता लग गया असी उत्थे पहुंचीए, उत्थे जाके संस्था दा जिहड़ा पॉजिटिव पक्ष आ जिहड़ा चंगा पक्ष है वह असी समाज के सामने लैके आईए। भैन जी जाते जाते कोई सुनेहा जिहड़े दुनिया भर में तुहानूं दर्शक देख रहे ने उन्हां दा? मेरी यही बेनती है कि प्लीज़ मैं संगत नूं बेनती करदी हाँ सारे नीयर डीयर लागे चागे दू दूर दरेडिया भी कि तुसी बच्चियां नू ना मारो, इन्हां दी इन्नी दुर्दशा ना करो। सानू गुरु साहब जी ने की मैसेज दिते ने, असी गुरु साहब जी दीआं टीचिंग्स नू अपने जीवन में टालिए ते इन्हां बच्चियां नू सत्कार देइए, इन्हां बच्चियां नू इतना ना मारो ना सुट्टो। भाई कन्हैया जी चैरिटेबल ट्रस्ट यूनीक होम जलंधर शहर नकोदर रोड दे उत्ते स्थित है वाहिगुरु जी का खालसा वाहिगुरु जी की फतेह जी।